दरवाशा ऋषि ਨੂੰ ਕਿਸੇ ਨੇ ਹਾਰ ਭੇਟ ਕੀਤਾ ਬੜਾ ਸੁੰਦਰ ਸਾਹਮਣੇ ਇੰਦਰ ਤੁਰਿਆ ਹੁੰਦਾ ਆਪਣੇ ਐਰਾਵਤ ਸਾਥੀ ਦੇ ਉੱਤੇ ਦੁਰਾਸ਼ਾ ਰਿਸ਼ੀ ਦੇ ਮਨ ਵਿੱਚ ਖਿਆਲ ਆਇਆ ਚਲੋ ਇਹ ਮੈਂ ਹਾਰ ਜਿਹੜਾ ਇਹ ਦੇਵਤਾ ਦੇਵਤਿਆਂ ਦਾ ਰਾਜਾ ਇੰਦਰ ਇਹਦੇ ਗਲ 'ਚ ਪਾ ਦਿੰਦਾ ਅਸੀਂ ਕਿਹਾ ਸਾਧੂਆਂ ਨੇ ਕਿਹਾ ਹਾਰ ਕਰਨਾ ਮੈਂ ਤੇਰੇ ਗਲ ਵਿੱਚ ਹਾਰ ਪਾ ਦਿੰਦਾ ਹਾਂ ਉਹ ਕਹਿੰਦਾ ਵੀ ਨਹੀਂ ਚੱਲ ਇਸ ਤਰ੍ਹਾਂ ਕਰੋ ਉਹਦੇ ਮਨ ਵਿੱਚ ਹੰਕਾਰ ਹੈ ਵੀ ਇਹ ਰਿਸ਼ੀ ਤੁਰਿਆ ਹੁੰਦਾ ਫੱਕਰ ਤੁਰਿਆ ਹੁੰਦਾ ਇਹ ਤੇ ਮੇਰੇ ਕੋਲ ਕਿਸ ਚੀਜ਼ ਦਾ ਘਾਟਾ ਉਹਨੇ ਕਦਰ ਨਹੀਂ ਕੀਤੀ ਉਹ ਗਲ ਲਾ ਕੇ ਆਪਣਾ ਜੋ ਹਾਰ ਉਹਨਾਂ ਨੇ ਗਲ 'ਚ ਪਾਇਆ ਉਹ ਲਾ ਕੇ ਹਾਥੀ ਦੇ ਗਲ 'ਚ ਆਪਣੇ ਐਰਾਵਤ ਦੇ ਗਲ ਵਿੱਚ ਪਾ ਦਿੱਤਾ ਦੁਰਵਾਸ਼ਾ ਰਿਸ਼ੀ ਦੇ ਮਨ ਵਿੱਚ ਖਿਆਲ ਆਇਆ ਵੀ ਅਸੀਂ ਇਹਦਾ ਆਦਰ ਕੀਤਾ ਸਤਿਕਾਰ ਕੀਤਾ ਅਤੇ ਇਹਨੇ ਜਿਹੜਾ ਹੈ ਦੁਰਵਾਸ਼ਾ ਰਿਸ਼ੀ ਦਾ ਸੁਭਾਅ ਥੋੜ੍ਹਾ ਜਿਹਾ ਤੇਜ਼ ਸੀਗਾ ਤਪੱਸਵੀ ਸੀਗੇ ਤਪੱਸਵੀਆਂ ਦਾ ਸੁਭਾਅ ਥੋੜ੍ਹਾ ਤੇਜ਼ ਹੁੰਦਾ ਤਪ ਤਪਨ ਅਤੇ ਤਪ ਤੇਜ਼ ਵੱਧਦਾ ਕਹਿਣਾ ਕੀਤਾ ਦੇਖਿਆ ਵੀ ਇਹਦੇ ਮਨ 'ਚ ਤਾਂ ਹੰਕਾਰ ਹੈ ਕਹਿਣ ਜੋ ਕੰਗਾਲਾ ਅਸੀਂ ਤਾਂ ਤੇਰਾ ਆਦਰ ਕੀਤਾ ਸੀ ਤੂੰ ਨਿਰਾਦਰ ਕੀਤਾ ਇੱਕ ਸਾਧੂਆਂ ਦੇ ਰਿਸ਼ੀਆਂ ਦੇ ਬਖਸ਼ਿਸ਼ ਦਾ ਨਿਰਾਦਰ ਕੀਤਾ ਤੈਨੂੰ ਅਹੰਕਾਰ ਹੋ ਗਿਆ ਹੈ ਇੰਦਰ ਉਹ ਕੰਗਾਲਾ ਤੈਨੂੰ ਹੰਕਾਰ ਹੋ ਗਿਆ ਜਿਹੜੀਆਂ ਬਪੂਤੀਆਂ ਦਾ ਤੈਨੂੰ ਹੰਕਾਰ ਹੋ ਗਿਆ ਨਾ ਇਹ ਤੱਤ ਛਨੇ ਇਹਨਾਂ ਤੋਂ ਤੂੰ ਰਹਿਤ ਹੋ ਜਾਵੇਂਗਾ ਉਸੇ ਸਮੇਂ ਸਭ ਖਤਮ ਹੋ ਗਿਆ ਤੱਤ ਛਿਨੀ ਰਵਾਸ਼ਾ ਰਿਸ਼ੀ ਦੇ ਬਚਨ ਤੱਤ ਕਲ ਤੱਤ ਛਿਨ ਹੀ ਉਸੇ ਸਮੇਂ ਜਿਹੜੇ ਹਨ ਤਤਕਾਲ ਹੀ ਕੰਮ ਕਰ ਸ਼੍ਰੀ ਹੀਣ ਹੋ ਗਿਆ ਉਹ ਲਕਸ਼ਮੀ ਹੀਣ ਹੋ ਗਿਆ ਸਭ ਸੋਨਾ ਮਿੱਟੀ ਬਣ ਗਿਆ।